राजीव गांधी मारने वाले जो कि मरहूम प्रधानमंत्री रहे ने देश के, उन्होंने मारने वाले 31 साल की सजा पूरी होने के बाद रिहाई हुई है, तो एक पंजाब के मुख्यमंत्री जो किसी ने मारिया उसकी सजा पूरी होगी तो उसकी रिहाई क्यों नहीं हो सकती। विरोध भी करा कभी किया तो उन्हें शिवसेना आगुओं ने पीएम मोदी का विरोध बिल्कुल असी एक विरोध कर भी रहे हैं और तुम्हें वो भी दस दिने हैं दस दो जी गल बंदी सिंह बंदी अत्तवादियों की हो रही भी बंदी अत्तवादियों नु बंदी सिंह ने बंदी सिंह ने बिल्कुल अत्तवादी नहीं है के बंदी सिंह ने बिल्कुल अत्तवादी तुसी आ तुसी इस व्यक्ति ने ऐसे अत्तवादी नु की कहोगे एक कातिल नु की कहोगे एक कातिल सजावा पूरी है कातिल ने कोई कोर्ट दा मुख्यमंत्री मारे सिस्टम भी होएगा सजावा पूरी कर के इनु की कहोगे तुसी ये लोगों ने पंजाब के मासूम लोगों नु बसा जो काट गए हिंदुओं नु रोडे मोने एक साइड ते ए शब्द ने लोका दे आ ए कातिल नु आणा नु एदा एदा फांसी एदा मारेंगे नु एदा फांसी तो माफ हो गई है नहीं तो सजावा ही पूरी हो चुकी है। चलो कोई नहीं, तो ही मारा गया। मैंने एक गल दसो, माफ हो गया। मैंने एक गल दसो, मैं एक सवाल है, देखो भारत एक देश है, प्राइम मिनिस्टर मोदी प्राइम मिनिस्टर पूरे देश दे ने, ता देश दी वख-वख स्टेटा च अलग-अलग कानून क्यों। मैं गल करदा तेलंगाना दे विच राजीव गांधी नु मारन वाले जो कि मरहूम प्रधानमंत्री रहे ने देश दे, उन्हां नु मारन वाले 31 साल दी सजा पूरी होण तों बाद रिहाई हुई है, ता इक पंजाब दे मुख्यमंत्री नु जे किसी ने मारिया उहदी सजा पूरी होगी तां उहदी रिहाई क्यों नहीं हो सकदी। नहीं, इक गल फिर उहदे विच फर्क हुंदा गल दा, नैशनल सिक्योरिटी दा मसला हुंदा, नैशनल सिक्योरिटी दा मसला इह हुंदा वी कई वार ऐसा लगदा हुंदा है कि इस बंदे नु असीं जेकर छड्डांगे ਤਾਂ ਦੁਬਾਰਾ ਇਸ ਇਲਾਕੇ ਦਾ ਮਾਹੌਲ ਖਰਾਬ ਹੋ ਸਕਦਾ, ਦੁਬਾਰਾ ਇੱਥੇ ਮਾਰ ਕੱਟ ਸ਼ੁਰੂ ਹੋ ਸਕਦੀ ਹੈ, ਦੁਬਾਰਾ ਇਹ ਤਾਂ ਉਹਨਾਂ ਦੀਆਂ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਜਾਂ ਉੱਪਰੋਂ ਜਿਹੜੀਆਂ ਹੋਰ ਉਹਨਾਂ ਦੀਆਂ ਏਜੰਸੀਆਂ ਦੀਆਂ ਰਿਪੋਰਟਾਂ ਕਿ ਇਸ ਬੰਦੇ ਨੂੰ ਛੱਡੋਗੇ ਤਾਂ ਪੰਜਾਬ ਦਾ ਜਾਂ ਦੇਸ਼ ਦਾ ਮਾਹੌਲ ਦੁਬਾਰਤੀ ਖਰਾਬ ਹੋ ਜੂਗਾ। ਸਰਕਾਰਾਂ ਨੂੰ ਇਹਨਾਂ ਗੱਲਾਂ ਕਰਕੇ ਉਹ ਬੰਦੇ ਅੰਦਰ ਰੱਖਣੇ ਪੈਂਦੇ। ਥਾਪਰ ਸਾਹਿਬ, ਮੇਰਾ ਸਵਾਲ ਇਹ ਹੈ ਕਿ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਨਾਲ ਦੀ ਰਿਹਾਈ ਹੋ ਸਕਦੀ ਹੈ ਤੇਲੰਗਾਨਾ ਦੇ ਵਿੱਚ, ਲੇਕਿਨ ਇੱਕ ਪੰਜਾਬ ਸੂਬੇ ਦੇ ਮੁੱਖ ਮੰਤਰੀ ਨੂੰ ਮਾਰਨ ਨਾਲ ਦੀ ਰਿਹਾਈ ਨਹੀਂ ਹੋ ਸਕਦੀ, ਕੀ ਇੱਕ ਫਰਕ ਕੀ ਹੈ? ਉਸ ਤੋਂ ਬਾਅਦ ਉਹਨਾਂ ਨੇ ਮਾਫ਼ੀ ਵੀ ਮੰਗੀ ਨਾ, ਜਿਨ੍ਹਾਂ ਨੇ ਬੰਦਾ ਮਾਰਿਆ ਉਹਨਾਂ ਨੇ ਮਾਫ਼ੀ ਵੀ ਮੰਗੀ, ਇਹਨਾਂ ਨੇ ਮੰਗ ਲਈ, ਦੱਸੋ ਮੈਨੂੰ ਇਹਨਾਂ ਨੇ ਮੰਗੀ, ਉਹ ਮਾਫ਼ੀ ਮੰਗ ਚੁੱਕੇ ਆ। ਜੇਲ੍ਹਾਂ ਨੂੰ ਸੁਧਾਰ ਕਰਕੇ ਆ ਜਾਂਦਾ, ਤੁਸੀਂ ਵੀ ਜਾਣਦੇ ਹੋਣੇ, ਹੈ ਨਾ, ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਆਪਣੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਚਾਹੇ ਬੰਦੀ ਸਿੰਘ ਨੇ ਪੱਤਰਕਾਰ ਸਾਹਿਬ ਚਾਹੇ ਕੋਈ ਪੁਲਿਸ ਵਾਲੇ ਨੇ, ਉਹਨਾਂ ਦੀ ਜਿਹੜੀ ਹੈ ਰਿਹਾਈ ਹੋਣੀ ਚਾਹੀਦੀ ਹੈ, ਉਹਨਾਂ ਨੇ ਸਜ਼ਾ ਪੂਰੀ ਕਰ ਚੁੱਕੇ। ਜਿਹੜੀ ਗੱਲ ਤੁਸੀਂ ਕਰਦੇ ਹੋ ਨਾ, ਫਿਰ ਜਦੋਂ ਡੇਰਾ ਸੱਚਾ ਸੌਦਾ ਵਾਲੇ ਦੀ ਰਾਮ ਰਹੀਮ ਦੀ ਰਿਹਾਈ ਹੁੰਦੀ ਹੈ, ਫਿਰ ਤਕਲੀਫ ਕਿਉਂ ਹੁੰਦੀ ਹੈ? ਜਦੋਂ ਜਮਾਨ ਤੇ ਉਹ ਬਾਹਰ ਆਉਂਦਾ ਫਿਰ ਤਕਲੀਫ ਕਿਉਂ ਹੁੰਦੀ ਹੈ? ਤੁਸੀਂ ਕਿਵੇਂ ਕੰਪੈਰੀਜ਼ਨ ਕਰ ਲਓਗੇ ਬੰਦੀ ਸਿੰਘਾ ਦਾ ਇੱਕ ਬਲਾਤਕਾਰੀ ਸਾਧ ਨਾਲ, ਕਿਵੇਂ ਕੰਪੈਰੀਜ਼ਨ ਕਰ ਲਓਗੇ? ਬੰਦੀ ਅੱਤਵਾਦੀ, ਬੰਦੀ ਅੱਤਵਾਦੀ, ਲੋਕ ਉਹਨਾਂ ਨੂੰ ਬੰਦੀ ਸਿੰਘ ਕਹਿੰਦੇ ਨੇ। ਕਾਤਲ, ਬਿਲਕੁਲ ਗਲਤ, ਬਿਲਕੁਲ ਮੈਂ ਅਗਰੀ ਨਹੀਂ ਕਰਦਾ ਜੀ ਇਸ ਗੱਲ ਨਾਲ। ਤੁਸੀਂ ਨਹੀਂ ਅਗਰੀ ਕਰਦੇ, ਤੁਹਾਡੀ ਪੱਤਰਕਾਰਾਂ ਦੀ ਆਪਣੀ ਇੱਕ ਉਹ ਹੁੰਦੀ ਹੈ, ਥਿਊਰੀ ਹੁੰਦੀ ਹੈ, ਆਪਣੇ ਕਿਸ ਚੈਨਲ ਨੂੰ ਕਿਸ ਹਿਸਾਬ ਨਾਲ ਚਲਾਉਣਾ। ਸਿੱਧੀ ਗੱਲ, ਕਾਤਲ ਨੂੰ ਕਾਤਲ ਕਹਿਣਾ ਇਹ ਸ਼ਿਵ ਸੈਨਿਕ ਦਾ ਧਰਮ ਹੈ। ਮੈਂ ਜਥੇਦਾਰ ਜਿਹੜਾ ਬਣਾਇਆ ਫਿਰਦਾ ਇਹਨਾਂ ਨੇ ਖੋਤੀ ਜਥੇਦਾਰ ਜਗਤਾਰ ਸਿੰਘ ਵਾਰੇ ਨੂੰ ਮੈਂ ਕਾਤਲ ਕਹਿੰਦਾ, ਮੈਨੂੰ ਅੱਤਵਾਦੀ ਕਹਿੰਦਾ, ਮੈਂ ਬਲਵੰਤ ਸਿੰਘ ਰਾਜੂ ਵਾਲੇ ਨੂੰ ਅੱਤਵਾਦੀ ਕਹਿੰਦਾ, ਮਾਸੂਮ ਲੋਕਾਂ ਦਾ ਕਾਤਲ ਕਹਿੰਦਾ। ਇਹ ਕਹਿਣ ਦੀ ਤਾਕਤ ਸਿਰਫ ਸ਼ਿਵ ਸੈਨਿਕ ਰੱਖਦਾ, ਸਿਰਫ ਸ਼ਿਵ ਸੈਨਿਕ। ਇਹਦੇ ਨਾਲ ਕੀ ਮਿਲ ਜਾਂਦਾ? ਚਲੋ ਮੈਂ ਤੁਹਾਡੀ ਇਸ ਗੱਲ ਨਾਲ ਐਗਰੀ, ਜੇ ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਕਰ ਜਾਂਦਾ, ਬੰਦੀ ਸਿੰਘਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ, ਕੀ ਖੱਟ ਲਿਆ ਇਹਦੇ ਨਾਲ? ਜੋ ਉਹਨਾਂ ਨੂੰ ਇਹ ਮਿਲ ਇਹ ਕਹਿ ਕੇ ਮਿਲਦਾ ਰੋਡੇ ਮੋਨੇ ਲਾਲੇ, ਜੋ ਉਹਨਾਂ ਨੂੰ ਉਹ ਕਹਿ ਕੇ ਮਿਲਦਾ ਉਹ ਸਾਨੂੰ ਉਹ ਮਿਲਦਾ। ਸਾਰੀ ਜ਼ਿੰਦਗੀ ਕੜੱਤਣ ਦੀ ਜ਼ਿੰਦਗੀ ਜੀਣਾ ਪਸੰਦ ਕਰੋਗੇ? ਹੈ ਲੜਾਈ, ਵੈਰ, ਵਿਰੋਧ, ਕੜੱਤਣ।